ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ। ਤੁਸੀਂ ਦੇਖ ਰਹੇ ਹੋ KL ਫਾਸਟ ਨਿਊਜ਼। ਭਾਰਤ ਦੇ ਵਿੱਚ ਬਹੁਤ ਵੱਡੇ ਵੱਡੇ ਘੁਟਾਲੇ ਹੋਏ ਆ, ਜਿਨ੍ਹਾਂ ਵਿੱਚੋਂ ਗੱਲ ਕਰੀਏ ਤਾਂ ਵਿਜੈ ਮਾਲਿਆ ਵੱਲੋਂ 9,000 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ। ਇਸ ਤੋਂ ਇਲਾਵਾ ਨੀਰਵ ਮੋਦੀ ਵੱਲੋਂ 10,000 ਕਰੋੜ ਰੁਪਏ ਦਾ, ਅਬਦੁਲ ਤੇਲਗੀ ਵੱਲੋਂ 30,000 ਕਰੋੜ ਰੁਪਏ ਅਤੇ ਹਰਸ਼ਦ ਮਹਿਤਾ ਵੱਲੋਂ 5,000 ਕਰੋੜ ਰੁਪਏ ਦਾ ਘੁਟਾਲਾ ਕੀਤਾ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਘੁਟਾਲੇ ਆਪਣੇ ਦੇਸ਼ ਵਿੱਚ ਹੁੰਦੇ ਰਹੇ ਆ। ਪਰ ਅੱਜ ਆਪਾਂ ਗੱਲ ਕਰਾਂਗੇ ਇੱਕ ਇਹੋ ਜਿਹੇ ਮਹਾਂ ਠੱਗ ਦੀ ਜਿਹੜਾ ਸਾਰਿਆਂ ਦੇ ਉੱਤੇ ਰਿਹਾ। ਪੰਜਾਬ ਦਾ ਇਹ ਮਹਾਂ ਠੱਗ 50,000 ਕਰੋੜ ਰੁਪਏ ਦੀ ਠੱਗੀ, ਗਰੀਬ ਤੋਂ ਗਰੀਬ ਲੋਕਾਂ ਤੋਂ ਲੈ ਕੇ ਅਮੀਰ ਤੋਂ ਅਮੀਰ ਲੋਕਾਂ ਨਾਲ ਵੀ ਉਸਨੇ ਠੱਗੀ ਮਾਰਦੇ ਹੋਏ ਘੁਟਾਲਾ ਕੀਤਾ, ਜਿਸ ਦਾ ਦੇਸ਼ ਭਰ ਦੇ 1500 ਖਾਤੇ ਬੈਂਕਾਂ ਦੇ ਵਿੱਚ ਔਰ 300 ਕਰੋੜ ਰੁਪਏ ਤੋਂ ਵੱਧ ਦੀਆਂ ਜਿਹੜੀਆਂ FDIਆਂ, 1,85,000 ਕਿੱਲੇ, 12,000 ਕਰੋੜ ਰੁਪਏ ਦੀ ਆਸਟ੍ਰੇਲੀਆ 'ਚ ਕੰਪਨੀਆਂ ਖੜੀਆਂ ਕੀਤੀਆਂ ਅਤੇ ਕਰੋੜਾਂ ਰੁਪਇਆਂ ਦੀ ਅਨਅਫੀਸ਼ੀਅਲ ਸੰਪੱਤੀ ਵੀ ਹੈ ਜਿਹੜੀ ਉਸ ਕੋਲ ਸੀ। ਪਰ ਹੁਣ ਉਹ ਜਿਹੜੀ ਉਸਦੀ ਜੇਲ੍ਹ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਹੋਈ ਹੈ। ਆਪਾਂ ਗੱਲ ਕਰ ਰਹੇ ਹਾਂ ਨਿਰਮਲ ਸਿੰਘ ਭੰਗੂ ਦੀ, ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਮਹਾਂ ਠੱਗ ਹੋਇਆ, ਜਿਸਨੇ ਗਰੀਬ ਲੋਕਾਂ ਦੀਆਂ ਜੇਬਾਂ 'ਤੇ ਵੀ ਡਾਕਾ ਮਾਰਨ ਤੋਂ ਗੁਰੇਜ਼ ਨਹੀਂ ਕੀਤਾ। ਐਸ ਪ੍ਰਸ ਤੇ ਜ਼ਰੂਰ ਕੀਤੀ, ਪਰ ਅੰਤ ਕਿੰਨਾ ਮਾੜਾ ਹੋਇਆ, ਉਸਦਾ ਪਰਿਵਾਰ ਕੀ ਕਰ ਰਿਹਾ, ਕਿਸ ਤਰ੍ਹਾਂ ਜੇਲ੍ਹ ਦੀਆਂ ਰੋਟੀਆਂ ਖਾਧੀਆਂ ਅਤੇ ਜੇਲ੍ਹ ਦੇ ਵਿੱਚ ਮੌਤ ਹੋਈ, ਅਤੇ ਉਸਦੇ ਮੁੰਡੇ ਦੀ ਕਿਸ ਤਰ੍ਹਾਂ ਮੌਤ ਹੋਈ ਦਰਦਨਾਕ, ਉਸਦਾ ਧੀ ਅਤੇ ਜਮਾਈ ਜੇਲ੍ਹਾਂ ਦੇ ਵਿੱਚ, ਅਤੇ ਅਰਬਾਂ ਖਰਬਾਂ ਰੁਪਏ ਦੀ ਸੰਪੱਤੀ ਜੋੜ ਕੇ ਵੀ ਅੰਤ ਕਿੰਨਾ ਮਾੜਾ ਹੋਇਆ, ਸੁੱਖ ਫਿਰ ਵੀ ਨਾ ਦੇਖਿਆ ਗਿਆ। ਕਹਿੰਦੇ ਆ ਵੀ ਜੇ ਕੋਈ ਬੰਦਾ ਕਿਸੇ ਨਾਲ ਧੱਕਾ ਕਰਦਾ, ਕਿਸੇ ਦਾ ਹੱਕ ਖੋਹਦਾ ਹੈ, ਤਾਂ ਉਸਦਾ ਹਿਸਾਬ ਕਿਤਾਬ ਇੱਥੇ ਹੀ ਹੋ ਜਾਂਦਾ ਹੈ, ਅਤੇ ਉਹੀ ਨਿਰਮਲ ਸਿੰਘ ਭੰਗੂ ਨਾਲ ਵੀ ਹੋਇਆ। ਨਿਰਮਲ ਸਿੰਘ ਅਤੇ ਭੰਗੂ ਦੀ ਆਪਾਂ ਜਾਣਕਾਰੀ ਦੇਵਾਂਗੇ ਕਿ ਉਹ ਕਿਵੇਂ ਇੱਕ ਦੋਧੀ ਤੋਂ ਮਰਸਡੀਜ਼ ਕਾਰ ਤੱਕ ਅਰਬਾਂ ਖਰਬਾਂ ਦੀ ਸੰਪੱਤੀ ਦਾ ਮਾਲਕ ਬਣਿਆ, ਅਤੇ ਫਿਰ ਅੰਤ ਕਿਵੇਂ ਉਸਦਾ ਰਾਜੇ ਤੋਂ ਰੰਕ ਵੀ ਬਣਿਆ। ਤੁਹਾਨੂੰ ਦੱਸ ਦਈਏ ਕਿ ਨਿਰਮਲ ਸਿੰਘ ਭੰਗੂ ਇੱਕ ਛੋਟੇ ਕਿਸਾਨ ਪਰਿਵਾਰ ਦੇ ਵਿੱਚ ਪੈਦਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਉਸਦਾ ਜਨਮ ਬਰਨਾਲੇ ਜ਼ਿਲ੍ਹੇ 'ਚ ਹੋਇਆ ਔਰ ਮੁੱਢਲੀ ਸਿੱਖਿਆ ਜਿਹੜੀ 10ਵੀਂ ਤੱਕ ਉਸਨੇ ਪਿੰਡੋਂ ਕੀਤੀ। ਕੁਝ ਰਿਕਾਰਡ ਦੇ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਰੋਪੜ ਜ਼ਿਲ੍ਹੇ ਦੇ ਬੱਲਾ ਪਿੰਡ ਚਮਕੌਰ ਸਾਹਿਬ ਅਟਾਰੀ ਕੋਲ ਜਿਹੜਾ ਉੱਥੇ ਇਹ ਬੱਲਾ ਪਿੰਡ ਤੋਂ ਜਿਹੜਾ ਉਹਨੇ 10ਵੀਂ ਕੀਤੀ ਸੀ ਔਰ ਰੋਪੜ ਤੋਂ ਉਸਨੇ ਕਾਲਜ ਦੀ ਸਿੱਖਿਆ ਹਾਸਲ ਕੀਤੀ। MA ਪੋਲੀਟੀਕਲ 'ਚ ਕਰਨ ਤੋਂ ਬਾਅਦ ਉਸਨੇ ਦੋਧੀ ਦਾ ਕੰਮ ਸ਼ੁਰੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਮੀਂਹ ਦੀਆਂ ਭਰੀਆਂ ਗਲੀਆਂ ਦੇ ਵਿੱਚ ਸਾਈਕਲ 'ਤੇ ਦੁੱਧ ਦੇ ਢੋਲ ਲੱਦ ਕੇ ਉਹ ਪਿੰਡਾਂ ਗਲੀਆਂ ਦੇ ਵਿੱਚ ਦੁੱਧ ਢੋਣ ਦਾ ਕੰਮ ਕਰਦਾ ਸੀ। ਮੁਨਾਫਾ ਚੰਗਾ ਸੀ, ਪਰ ਉਸਦਾ ਹੋਰ ਵੱਡਾ ਲਾਲਚ ਸੀ, ਹੋਰ ਜ਼ਿਆਦਾ ਪੈਸਾ ਕਮਾਉਣਾ ਚਾਹੁੰਦਾ ਸੀ। ਇਸ ਲਈ ਉਹ ਦੁੱਧ ਦਾ ਕੰਮ ਛੱਡ ਕੇ ਪੱਛਮ ਬੰਗਾਲ ਕਲਕੱਤਾ ਚੱਲਿਆ ਗਿਆ। ਇਹ ਗੱਲ 70 ਦੇ ਦਹਾਕੇ ਦੀ ਗੱਲ ਹੈ, ਜਦੋਂ ਉਹ ਪੱਛਮ ਬੰਗਾਲ ਕਲਕੱਤੇ ਚਲਾ ਗਿਆ ਅਤੇ ਉੱਥੋਂ ਦੀ ਇੱਕ ਇਨਵੈਸਟ ਕਰਵਾਉਣ ਵਾਲੀ ਕੰਪਨੀ ਦੇ ਵਿੱਚ ਕੰਮ ਕਰਨ ਲੱਗਿਆ। ਦੱਸਿਆ ਜਾ ਰਿਹਾ ਵੀ ਉਸ ਕੰਪਨੀ ਨੇ ਵੀ ਕਾਫੀ ਲੋਕਾਂ ਨਾਲ ਠੱਗੀ ਮਾਰੀ ਤਾਂ ਉਹ ਕੰਪਨੀ ਬੰਦ ਹੋ ਗਈ। ਇਸ ਤੋਂ ਬਾਅਦ ਉਹ ਵਾਪਸ ਪੰਜਾਬ ਆ ਗਿਆ। ਨਿਰਮਲ ਸਿੰਘ ਭੰਗੂ ਨੇ 1980 ਦੇ ਵਿੱਚ ਇੱਕ ਹਰਿਆਣਾ ਤੋਂ ਫੋਰੈਸਟ ਇੰਡੀਆ ਲਿਮਿਟਡ ਕੰਪਨੀ ਜੁਆਇਨ ਕੀਤੀ, ਜਿਹੜੀ ਉਹ ਵੀ ਲੋਕਾਂ ਤੋਂ ਜਿਹੜੇ ਪੈਸੇ ਉਹ ਇਨਵੈਸਟ ਕਰਕੇ ਦੁੱਗਣੇ ਕਰਨ ਦਾ ਲਾਲਚ ਦਿੰਦੀ ਸੀ। ਉਸ ਦੇ ਵਿੱਚ ਏਜੰਟ ਦੇ ਤੌਰ 'ਤੇ ਉਸਨੇ ਕੰਮ ਸ਼ੁਰੂ ਕੀਤਾ। ਹੌਲੀ ਹੌਲੀ ਜਿਸ ਤਰ੍ਹਾਂ ਉਹ ਦੁੱਧ ਦਾ ਕੰਮ ਵੀ ਜਿਵੇਂ ਕਰਦਾ ਸੀ ਤਾਂ ਲੋਕਾਂ ਨਾਲ ਉਸਦੇ ਲਿੰਕ ਸੀ, ਅਤੇ ਪਿੰਡਾਂ ਦੇ ਆਪਦੇ ਰਿਸ਼ਤੇਦਾਰਾਂ ਤੋਂ ਉਹਨੇ ਸ਼ੁਰੂਆਤ ਕਰਕੇ ਉਹ ਪੈਸਾ ਲਾਇਆ, ਅਤੇ ਕੰਪਨੀ ਵੱਲੋਂ ਪੈਸੇ ਆ ਜਿਹੜੇ ਵਾਪਸ ਕੀਤੇ ਜਾਂਦੇ ਸੀ। ਪਰ ਥੋੜ੍ਹੇ ਸਮੇਂ ਬਾਅਦ ਹੀ ਉਸ ਕੰਪਨੀ ਨੂੰ ਬੰਦ ਕਰ ਦਿੱਤਾ ਗਿਆ ਘੁਟਾਲੇ ਦੇ ਕਾਰਨ, ਅਤੇ
ਤੇ ਉਹ ਬੇਰੋਜ਼ਗਾਰ ਹੋ ਗਿਆ। ਪਰ ਕਲਕੱਤੇ ਦੀ ਕੰਪਨੀ ਤੇ ਹਰਿਆਣਾ ਦੀ ਇਸ ਘੁਟਾਲਿਆਂ ਵਾਲੀ ਕੰਪਨੀ 'ਚ ਰਹਿ ਕੇ ਨਿਰਮਲ ਸਿੰਘ ਭੰਗੂ ਨੂੰ ਵੀ ਠੱਗੀ ਮਾਰਨ ਦਾ ਤਰੀਕਾ ਆ ਗਿਆ ਸੀ। ਤਾਂ ਨਿਰਮਲ ਸਿੰਘ ਭੰਗੂ ਨੇ 1983 ਦੇ ਵਿੱਚ ਹਰਿਆਣੇ ਦੀ ਗੋਲਡਨ ਫਰੈਸਟ ਇੰਡੀਆ ਲਿਮਿਟਡ ਕੰਪਨੀ ਦੇ ਨਾਲ ਹੀ ਉਸਨੇ ਆਪਣੀ ਇੱਕ ਉਸੇ ਨਾਮ ਦੇ ਮਿਲਦੇ ਜੁਲਦੇ ਨਾਮ ਨਾਲ ਇੱਕ ਪੰਜਾਬ ਦੇ ਵਿੱਚ ਕੰਪਨੀ ਖੜੀ ਕੀਤੀ, ਜਿਸ ਦਾ ਨਾਮ ਉਸਨੇ ਪੀਅਰਸ ਗੋਲਡਨ ਫਰੈਸਟ ਲਿਮਿਟਡ ਕੰਪਨੀ ਰੱਖਿਆ। ਉਸਨੂੰ ਤਰੀਕਾ ਠੱਗੀ ਮਾਰਨ ਦਾ, ਲੋਕਾਂ ਤੋਂ ਪੈਸੇ ਕਢਵਾਉਣ ਦਾ ਤਰੀਕਾ ਜਿਹੜਾ ਉਹ ਆ ਗਿਆ ਸੀ। ਅਤੇ ਉਸਨੇ ਲੋਕਾਂ ਨੂੰ ਇਸ ਕੰਪਨੀ ਦੇ ਵਿੱਚ ਇਸ ਤਰੀਕੇ ਜਾਲ ਨਾਲ ਫਸਾਉਣਾ ਸ਼ੁਰੂ ਕੀਤਾ ਕਿ ਕਿਸਾਨਾਂ ਦੀ ਜਿਹੜੇ ਜ਼ਮੀਨਾਂ 'ਤੇ ਪਲਾਂਟੇਸ਼ਨ ਕਰਨ ਦਾ ਕੰਮ ਸ਼ੁਰੂ ਕੀਤਾ ਕਿ ਲੋਕਾਂ ਤੋਂ ਪੈਸੇ ਲੈਂਦਾ ਸੀ, ਪਰ ਉਸ ਪੈਸੇ ਨਾਲ ਸਾਗਬਾਨ ਦੇ ਜਿਹੜੇ ਪੌਦੇ ਆ ਉਹਨਾਂ ਦੀ ਪਲਾਂਟੇਸ਼ਨ ਕਰਵਾ ਕੇ ਉਹਨਾਂ ਨੂੰ ਇਹ ਲਾਲਚ ਦਿੱਤਾ ਜਾਂਦਾ ਸੀ ਕਿ ਇਹ ਜਦੋਂ ਪੌਦੇ ਵੱਡੇ ਹੋਣਗੇ ਤਾਂ ਇਹਨਾਂ ਨੂੰ ਵੇਚ ਵੱਟ ਕੇ ਤੁਹਾਨੂੰ ਵੀ ਮੋਟਾ ਮੁਨਾਫਾ ਜਿਹੜਾ ਦਿੱਤਾ ਜਾਊਗਾ। ਅਤੇ ਲੋਕ ਇਹਦੇ ਝਾਂਸੇ 'ਚ ਆ ਗਏ ਅਤੇ ਕਈ ਸਾਲ ਲਗਾਤਾਰ ਜਦੋਂ, ਕਿਉਂਕਿ ਪੌਦੇ ਜਦੋਂ ਵੱਡੇ ਦਰਖਤ ਬਣਨ ਤੱਕ ਪਹੁੰਚਦੇ ਆ ਤਾਂ ਕਈ ਸਾਲ ਬੀਤ ਜਾਂਦੇ ਸੀ, ਤਾਂ ਉਸਨੇ ਇਹ ਕਈ ਸਾਲ ਲਗਾਤਾਰ ਇਹ ਘੁਟਾਲਿਆਂ ਦਾ ਕੰਮ ਆ ਜਿਹੜਾ ਲੋਕਾਂ ਦਾ ਪੈਸਾ ਕਢਵਾਉਣ ਦਾ 1996 ਤੱਕ ਇਸਨੇ ਇਹ ਕੰਮ ਜਾਰੀ ਰੱਖਿਆ। ਪਰ ਇਨਕਮ ਟੈਕਸ ਅਤੇ ਹੋਰ ਜਾਂਚ ਦੇ ਵਿੱਚ ਇਸ ਦੀ ਜਦੋਂ ਪਤਾ ਲੱਗਿਆ ਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਤਾਂ ਸੇਬੀ ਵੱਲੋਂ ਇਸ 'ਤੇ ਸ਼ਿਕੰਜਾ ਕਸਿਆ ਗਿਆ, ਜਾਂਚ ਸ਼ੁਰੂ ਕੀਤੀ ਗਈ। ਇਸੇ ਦੇ ਨਾਲ ਹੀ ਉਸਨੇ PACL ਪਰਲ ਦੀ ਜਿਹੜੀ ਰੀਅਲ ਇਸਟੇਟ ਦੀ ਕੰਪਨੀ ਹੈ ਉਹ ਵੀ ਖੜੀ ਕਰ ਦਿੱਤੀ ਸੀ 1996 ਦੇ ਵਿੱਚ। ਪਰ ਜਦੋਂ ਇਹ ਪਲਾਂਟੇਸ਼ਨ ਵਾਲੀ ਕੰਪਨੀ ਬਣਾਈ ਸੀ ਉਹ ਬੰਦ ਕਰਨੀ ਪਈ ਜਦੋਂ ਜਾਂਚ ਕੀਤੀ ਗਈ। ਇਸ ਤੋਂ ਬਾਅਦ ਇਹਨੇ ਰੀਅਲ ਇਸਟੇਟ ਦਾ ਕੰਮ ਦੇ ਨਾਂ 'ਤੇ ਉਸੇ ਧੰਦੇ ਨੂੰ ਜਿਹੜਾ ਕਨਵਰਟ ਕੀਤਾ ਲੋਕਾਂ ਦੇ ਪੈਸੇ ਨੂੰ, ਵੀ ਅਸੀਂ ਰੀਅਲ ਇਸਟੇਟ 'ਚ ਜਿਹੜਾ ਪੈਸਾ ਲੋਕਾਂ ਤੋਂ ਲੈ ਕੇ ਜਾਂ ਤਾਂ ਉਹਨੂੰ ਦੁੱਗਣਾ ਕਰਕੇ ਦੇਵਾਂਗੇ ਜਾਂ ਫਿਰ ਉਸ ਪੈਸੇ ਦੇ ਤੁਹਾਨੂੰ ਜ਼ਮੀਨ ਪਲਾਟਾਂ ਪਲਾਟ ਦਿੱਤੇ ਜਾਣਗੇ। PACL ਰੀਅਲ ਇਸਟੇਟ ਦੀ ਕੰਪਨੀ ਦੇ ਵਿੱਚ ਕਨਵਰਟ ਕਰਕੇ ਲੋਕਾਂ ਦਾ ਇਹ ਪੈਸਾ ਜਿਹੜਾ ਉਸਨੇ ਇਹ ਫਿਰ ਧੰਦਾ ਜਾਰੀ ਰੱਖਿਆ। ਹੌਲੀ ਹੌਲੀ ਪੈਸੇ ਦੇ ਜ਼ੋਰ ਨਾਲ ਉਸਨੇ ਆਪਦੇ ਲਿੰਕ ਲੀਡਰਾਂ ਸਰਕਾਰਾਂ ਤੱਕ ਵੀ ਬਣਾ ਲਏ ਸੀ। ਪਰ ਉਹਦੀ ਜਿਹੜੀ ਪਹਿਲੇ ਵਾਲੀ ਕੰਪਨੀ ਸੀਗੀ ਫੋਰੈਸਟ ਕੰਪਨੀ ਸੀ ਜਿਹੜੀ ਉਹ ਬੰਦ ਕਰਨ ਦਿੱਤੀ ਗਈ, ਅਤੇ ਉਸਦੇ ਨਾਲ ਹੀ ਰੀਅਲ ਇਸਟੇਟ ਵਾਲੀ ਕੰਪਨੀ ਉਹਦੇ ਵਿੱਚ ਲੋਕਾਂ ਨੂੰ ਇਹ ਚਾਂਸਰ ਦਿੱਤਾ ਗਿਆ ਕਿ ਤੁਸੀਂ 5 ਜਾਂ 6 ਸਾਲ ਤੱਕ ਆਪਣਾ ਪੈਸਾ ਇਨਵੈਸਟ ਕਰੋਗੇ ਅਤੇ ਤੁਹਾਡੇ ਪੈਸੇ ਨਾਲ ਜਿਹੜੇ ਪਲਾਟ ਖਰੀਦੇ ਜਾਣਗੇ, ਜ਼ਮੀਨਾਂ ਖਰੀਦੀਆਂ ਜਾਣਗੀਆਂ, ਅਤੇ ਜਦੋਂ ਤੁਹਾਡਾ ਟਰਮ ਪੂਰਾ ਹੋਊਗਾ ਅਤੇ ਉਦੋਂ ਤੁਹਾਨੂੰ ਇਹ ਪੈਸੇ ਜਾਂ ਤਾਂ ਵਿਆਜ ਸਮੇਤ ਦੁੱਗਣੇ ਕਰਕੇ ਮੋੜ ਦਿੱਤੇ ਜਾਣਗੇ, ਅਤੇ ਜਾਂ ਫਿਰ ਉਹ ਤੁਸੀਂ ਉਹ ਪਲਾਟ ਜਾਂ ਜ਼ਮੀਨ ਵੀ ਲੈ ਸਕਦੇ ਹੋ। ਪਰ ਇਹ ਸਿਲਸਿਲਾ ਜਦੋਂ ਫਿਰ ਚੱਲਦਾ ਰਿਹਾ ਤਾਂ ਫਿਰ ਸੇਬੀ ਨੇ ਸ਼ਿਕੰਜਾ ਕਸਿਆ। ਕੰਪਨੀ ਵੱਲੋਂ ਹਜੇ ਵੀ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਕਿ ਇਹ ਰੀਅਲ ਇਸਟੇਟ ਦੇ ਨਾਮ 'ਤੇ ਪੈਸਾ ਇਨਵੈਸਟ ਕਰਵਾਇਆ ਜਾਂਦਾ ਹੈ, ਪਰ ਪੈਸਾ ਹੈ ਜਿਹੜਾ ਉਹ ਹੋਰ ਤਰੀਕੇ ਨਾਲ ਕੰਪਨੀਆਂ ਚਲਾਇਆ ਜਾ ਰਿਹਾ ਹੈ। ਅਤੇ ਪਰ ਹੌਲੀ ਹੌਲੀ ਹੈ ਜਿਹੜਾ ਇਹਨੇ ਕਾਫੀ ਵੱਡਾ ਆਪਣਾ ਸਾਮਰਾਜ ਸਥਾਪਿਤ ਕਰ ਲਿਆ ਸੀ। ਇਸਨੇ ਆਪਣੀ ਇਸ ਕੰਪਨੀ ਦੇ ਵਿੱਚ 30 ਲੱਖ ਏਜੰਟ ਖੜੇ ਕਰ ਲਏ ਸੀ, ਜਿਨ੍ਹਾਂ ਨੂੰ ਇਹ 20% ਕਮਿਸ਼ਨ ਦਿੰਦਾ ਸੀ। ਔਰ ਇਸ ਤੋਂ ਇਲਾਵਾ ਮੋਟਰਸਾਈਕਲ, ਕਾਰਾਂ ਅਤੇ ਹੋਰ ਕਈ ਇਨਾਮ ਦੇ ਕੇ ਲਾਲਚ ਦਿੰਦਾ ਸੀ। ਇੱਕ ਪਿੰਡ ਦੇ ਵਿੱਚ 10 ਤੋਂ 15 15 ਏਜੰਟ ਵੀ ਪਿੰਡ ਦੇ ਵਿੱਚ ਰੱਖੇ ਜਾਂਦੇ ਸੀ, ਕਿਉਂਕਿ ਹਰ ਬੰਦੇ ਨੂੰ ਉਹ ਸੁਪਨਾ ਦਿਖਾਇਆ ਜਾਂਦਾ ਸੀ ਤੁਸੀਂ ਇੰਨੇ ਟਾਈਮ 'ਚ ਜੇ ਇੰਨੇ ਲੋਕਾਂ ਦੇ ਖਾਤੇ ਖੁਲਵਾਉਂਦੇ ਹੋ, ਇੰਨੇ ਲੋਕਾਂ ਨੂੰ ਤੁਸੀਂ ਏਜੰਟ ਅੱਗੇ ਹੋਰ ਬਣਾਉਂਦੇ ਹੋ ਤਾਂ ਲੱਖਾਂ ਕਰੋੜਾਂ ਰੁਪਏ ਦਾ ਉਹਨਾਂ ਨੂੰ ਵੀ ਸੁਪਨਾ ਦਿਖਾਇਆ ਜਾਂਦਾ ਸੀ। ਤਾਂ ਹਾਲਾਂਕਿ ਉਹ ਏਜੰਟ ਜਿਹੜੇ ਇਸ ਧੋਖਾਧੜੀ ਤੋਂ ਬੇਖਬਰ ਸੀ, ਉਹਨਾਂ ਨੂੰ ਸਿਰਫ ਆਪਣਾ ਲਾਲਚ ਦਿੱਤਾ ਗਿਆ ਜਦੋਂ, ਤਾਂ ਉਸ ਚੱਕਰ 'ਚ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਇਸ ਕੰਪਨੀ ਦੇ ਵਿੱਚ ਪੈਸਾ ਇਨਵੈਸਟ ਕਰਵਾਇਆ। ਇਹਨਾਂ ਨੇ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਦਿੱਤੀਆਂ ਕਿ ਜਿਹੜਾ ਦਿਹਾੜੀ ਕਰਨ ਵਾਲਾ ਮਜ਼ਦੂਰ ਸੀ ਉਸ ਦੀ ਜੇਬ 'ਤੇ ਵੀ ਡਾਕਾ ਮਾਰਨ ਤੋਂ ਗੁਰੇਜ਼ ਨਹੀਂ ਕੀਤਾ। ਉਹਨਾਂ ਵੱਲੋਂ ਕਿਹਾ ਜਾਂਦਾ ਸੀ ਕਿ ਜੇ ਤੁਸੀਂ
ਥੋੜੇ ਥੋੜੇ ਕਰਕੇ ਤੁਸੀਂ 1 ਮਹੀਨੇ 'ਚ ਵੀ ਘੱਟੋ ਘੱਟ 300 ਰੁਪਇਆ ਵੀ ਜੇ ਤੁਸੀਂ ਸੇਵ ਕਰਦੇ ਹੋ ਤਾਂ ਤੁਹਾਡਾ 5 ਸਾਲਾਂ 'ਚ ਇੰਨੇ ਪੈਸੇ ਬਣ ਜਾਣਗੇ, ਅਤੇ ਫਿਰ 10 ਸਾਲਾਂ 'ਚ ਤੁਹਾਨੂੰ ਵੱਡੇ ਵੱਡੇ ਸੁਪਨੇ ਦਿਖਾਏ ਗਏ। ਦਿਹਾੜੀਦਾਰ ਮਜ਼ਦੂਰ ਜਿਹੜਾ 250 ਤੋਂ 350 ਰੁਪਏ ਵੀ ਦਿਹਾੜੀ ਜਿਹੜਾ ਕਰਦਾ ਸੀ, ਉਸ ਬੰਦਿਆਂ ਦਾ ਪੈਸਾ ਵੀ ਇਹਨਾਂ ਨੇ ਇਸ ਕੰਪਨੀ ਦੇ ਵਿੱਚ ਇਨਵੈਸਟ ਕਰਵਾਇਆ, ਅਤੇ ਇਹ ਆਪਣਾ ਕਾਰੋਬਾਰ ਹੈ ਜਿਹੜਾ ਧੰਦਾ ਨਿਰਮਲ ਭੰਗੂ ਵੱਲੋਂ ਵਧਾਇਆ ਗਿਆ। ਔਰ ਇਸ ਦੀ ਕੰਪਨੀ ਦੇ ਵਿੱਚ ਇਸਨੇ ਬਹੁਤ ਸਾਰੀ ਪ੍ਰੋਪਰਟੀ ਆਪਣੀ ਧੀ ਦੇ ਨਾਂ, ਆਪਣੀ ਜਮਾਈ ਦੇ ਨਾਮ ਤੋਂ ਇਲਾਵਾ ਕੁਝ ਰਿਸ਼ਤੇਦਾਰ ਸੀ, 5-6 ਬੰਦੇ ਸੀ ਜਿਹੜੇ ਇਹਦੇ ਮੇਨ, ਉਹਨਾਂ 'ਤੇ ਬਿਲੀਵ ਕਰਦਾ ਸੀਗਾ, ਉਹਨਾਂ ਦੇ ਨਾਮ 'ਤੇ ਇਹਨੇ ਅਰਬਾਂ ਖਰਬਾਂ ਰੁਪਏ ਦੀ ਜਿਹੜੀ ਪ੍ਰੋਪਰਟੀ ਹੈ ਉਹ ਉਹਨਾਂ ਦੇ ਨਾਮ ਵੀ ਕੀਤੀ, ਟ੍ਰਾਂਸਫਰ ਕੀਤੀ। ਇਹਦੀ ਪਤਨੀ ਪ੍ਰੇਮ ਕੌਰ ਹੈ, ਉਸਦੇ ਨਾਮ ਵੀ ਕਰੋੜਾਂ ਰੁਪਏ ਦੀ ਸੰਪੱਤੀ ਨਾਮ ਕਰ ਦਿੱਤੀ ਗਈ। ਜਿਵੇਂ ਜਿਵੇਂ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਮਾਰ ਕੇ ਕਰੋੜਾਂ ਰੁਪਏ ਦਾ ਕਾਰੋਬਾਰ ਨਿਰਮਲ ਸਿੰਘ ਭੰਗੂ ਦਾ ਵੱਧਦਾ ਗਿਆ, ਤਾਂ ਉਸੇ ਤਰ੍ਹਾਂ ਉਸਨੇ ਆਪਣਾ ਕੰਮ ਹੋਰ ਵਧਾਉਂਦੇ ਰਿਹਾ। ਉਸਨੇ ਪੰਜਾਬ ਦੇ ਵਿੱਚ ਕਬੱਡੀ ਕੱਪ ਨੂੰ ਵੀ ਸਪੋਂਸਰ ਕੀਤਾ, ਇਸ ਤੋਂ ਇਲਾਵਾ ਕ੍ਰਿਕਟ ਲੀਗ ਨੂੰ ਸਪੋਂਸਰ ਕੀਤਾ ਗਿਆ, ਉਹਦੇ ਵਿੱਚ ਵੀ ਲੱਖਾਂ ਕਰੋੜਾਂ ਰੁਪਏ ਲਾ ਕੇ ਲੀਡਰਾਂ ਅਤੇ ਸਰਕਾਰਾਂ ਨਾਲ ਆਪਣੇ ਵਧੀਆ ਲਿੰਕ ਵਧਾਏ। 2003 ਤੱਕ ਸੇਬੀ ਦੀਆਂ ਲਗਾਤਾਰ ਨਜ਼ਰਾਂ ਇਸ 'ਤੇ ਲੱਗੀਆਂ ਰਹੀਆਂ। ਤੁਹਾਨੂੰ ਦੱਸ ਦਈਏ ਕਿ ਸੇਬੀ ਉਹ ਕੰਮ ਕਰਦੀ ਹੈ ਜਿਹੜੀ ਕੋਈ ਵੀ ਕੰਪਨੀ ਜੇ ਲੋਕਾਂ ਦਾ ਪੈਸਾ ਇਨਵੈਸਟ ਕਰਵਾਉਂਦੀ ਹੈ ਤਾਂ ਉਹ ਉਸ 'ਤੇ ਨਜ਼ਰ ਰੱਖਦੀ ਹੈ ਕਿ ਲੋਕਾਂ ਨਾਲ ਧੋਖਾਧੜੀ ਤਾਂ ਨਹੀਂ ਹੋ ਰਹੀ, ਜਿਹੜੇ ਰੂਲ ਹੈ ਉਸ ਨੂੰ ਫੋਲੋ ਕਰਦੀ ਹੈ ਕੰਪਨੀ ਕਿ ਨਹੀਂ, ਪਰ ਇਹ ਕਿਤੇ ਨਾ ਕਿਤੇ ਆਪਣੀ ਪਹੁੰਚ ਕਰਕੇ ਬਚਦਾ ਰਿਹਾ। ਪਰ 2003 'ਚ ਜਦੋਂ ਸੇਬੀ ਨੇ ਦੁਬਾਰਾ ਇਹਨੂੰ ਪਤਾ ਕੀਤਾ ਕਿ ਰੀਅਲ ਇਸਟੇਟ 'ਚ ਜੇ ਉਹ ਪੈਸਾ ਲਾ ਰਿਹਾ ਤਾਂ ਉਹ ਜ਼ਮੀਨਾਂ ਕਿੱਥੇ ਆ, ਤਾਂ ਇਹਨਾਂ ਨੇ ਆਨਣ ਫਾਨਣ ਦੇ ਵਿੱਚ ਰਾਜਸਥਾਨ ਦੇ ਬਾੜਮੇਰ ਇਲਾਕੇ 'ਚ ਜਿਹੜੀ ਬੰਜਰ ਜ਼ਮੀਨ ਸੀ, 10,000 ਕਿੱਲਾ ਬੰਜਰ ਜ਼ਮੀਨ ਖਰੀਦੀ ਗਈ ਇਹਨਾਂ ਨੇ, ਖਰੀਦ ਕੇ ਉਹ ਦਿਖਾਈ ਗਈ। ਪਰ ਇੱਕ ਵਾਰ ਫਿਰ ਉਹ ਜਿਹੜੇ ਉਸ ਕੇਸ 'ਚੋਂ ਇਹ ਬਰੀ ਹੋ ਗਏ, ਅਤੇ ਇਸ ਕੰਪਨੀ ਨੂੰ ਸਾਬਤ ਕਰ ਦਿੱਤਾ ਕਿ ਇਹ ਕੰਪਨੀ ਹੈ ਜਿਹੜੀ ਉਹ ਪ੍ਰੋਪਰਟੀ 'ਚ ਇਨਵੈਸਟ ਕਰਦੀ ਆ। ਇਸ ਤੋਂ ਇਲਾਵਾ ਨਿਰਮਲ ਸਿੰਘ ਭੰਗੂ ਨੇ ਇੱਕ ਚੈਨਲ, ਨਿਊਜ਼ ਚੈਨਲ ਵੀ ਬਣਾਇਆ ਜਿਸ ਨੂੰ P7 ਨਿਊਜ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਔਰ ਆਸਟ੍ਰੇਲੀਆ ਦੇ ਵਿੱਚ ਵੀ ਉਸਨੇ ਆਪਣਾ 12,000 ਕਰੋੜ ਰੁਪਏ ਦਾ ਕੰਪਨੀਆਂ 'ਚ ਇਨਵੈਸਟ ਕੀਤਾ। ਹੁਣ ਹੌਲੀ ਹੌਲੀ ਬਾਹਰਲੇ ਦੇਸ਼ਾਂ ਵਿੱਚ ਵੀ ਆਪਣਾ ਸਾਮਰਾਜ ਵਧਾਇਆ। ਤੁਹਾਨੂੰ ਪਤਾ ਹੈ ਕਿ ਆਸਟ੍ਰੇਲੀਆ ਦਾ ਇੱਕ ਮਹਾਨ ਖਿਡਾਰੀ ਬ੍ਰੈਟਲੀ ਹੈ, ਉਸ ਨੂੰ ਵੀ ਇਸਨੇ ਸਪੋਂਸਰ ਕੀਤਾ ਅਤੇ ਆਪਣੀ ਕੰਪਨੀ ਦੇ ਕਾਰੋਬਾਰ ਲਈ ਉਸ ਤੋਂ ਐਡਵਰਟਾਈਜਮੈਂਟ ਕਰਵਾਈ ਆਸਟ੍ਰੇਲੀਆ ਦੇ ਵਿੱਚ ਵੀ, ਅਤੇ 12,000 ਕਰੋੜ ਰੁਪਏ ਦਾ ਸਾਮਰਾਜ ਸਥਾਪਿਤ ਕੀਤਾ। ਆਸਟ੍ਰੇਲੀਆ ਦੇ ਇਸ ਖਿਡਾਰੀ 'ਤੇ ਬ੍ਰੈਟਲੀ 'ਤੇ ਉਸਨੇ $10 ਮਿਲੀਅਨ ਖਰਚ ਕੀਤੇ ਸੀ। ਪਰ ਫਿਰ ਵੀ ਨਿਰਮਲ ਸਿੰਘ ਭੰਗੂ ਦਾ ਇਹ ਕਾਲਾ ਧੰਦਾ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਲੋਕਾਂ ਦੀਆਂ ਜੇਬਾਂ 'ਤੇ ਡਾਕੇ ਮਾਰਦੇ ਰਹੇ। 2014 ਤੱਕ ਲਗਾਤਾਰ ਫਿਰ ਸੇਬੀ ਨੇ ਇਹਦਾ ਪਿੱਛਾ ਨਹੀਂ ਛੱਡਿਆ, ਇਸ ਦੇ ਨਾਲ ਹੀ CBI ਵੀ ਇਹਦੇ ਪਿੱਛੇ ਪੈ ਗਈ, ED ਦੀਆਂ ਰੇਡ ਵੀ ਪੈਣ ਲੱਗ ਗਈਆਂ। ਤਾਂ 2014 ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਇਸ ਤੋਂ ਪਤਾ ਲੱਗਿਆ ਕਿ ਨਿਰਮਲ ਸਿੰਘ ਭੰਗੂ ਨੇ ਲੋਕਾਂ ਤੋਂ 50,000 ਕਰੋੜ 60 ਲੱਖ ਰੁਪਏ ਦਾ ਜਿਹੜਾ ਘੁਟਾਲਾ ਕੀਤਾ। ਇਹ ਹਾਲਾਂਕਿ ਆਉਣ ਦਾ ਰਿਕਾਰਡ ਅੰਕੜੇ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਕਰੀਬ 80 ਤੋਂ 90,000 ਕਰੋੜ ਰੁਪਏ ਦੀ ਇਹ ਜਿਹੜਾ ਘੁਟਾਲਾ ਸੀ, ਪਰ ਆਉਣ ਦਾ ਰਿਕਾਰਡ ਹੈ ਜਿਹੜਾ ਉਹ 50,000 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ। ਔਰ ਇਸ ਦੌਰਾਨ ਉਸਦੇ ਬੈਂਕਾਂ ਦੇ ਵਿੱਚ 1,500 ਖਾਤੇ, 300 ਕਰੋੜ ਰੁਪਏ ਦੀ ਜਿਹੜੀਆਂ FDIਆਂ, 1,85,000 ਕਿੱਲੇ, 12,000 ਕਰੋੜ ਰੁਪਏ ਦੀ ਆਸਟ੍ਰੇਲੀਆ 'ਚ ਸੰਪੱਤੀ ਤੋਂ ਇਲਾਵਾ ਹੋਰ ਵੀ ਲੱਖਾਂ ਕਰੋੜਾਂ ਰੁਪਏ ਦੀ ਜਿਹੜੀ ਅਨਹੋਇਸੀਅਲ ਸੰਪੱਤੀ ਹੈ ਉਹਦਾ ਪਤਾ ਲੱਗਿਆ, ਅਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਮੇਟੀ ਵੱਲੋਂ ਇਸ 'ਤੇ ਕਾਰਵਾਈ ਕੀਤੀ ਗਈ, ਇਸ ਨੂੰ
2016 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਨਿਰਮਲ ਸਿੰਘ ਭੰਗੂ ਨੇ ਆਪਣੇ ਲੱਖਾਂ ਕਰੋੜਾਂ ਰੁਪਏ ਦੇ ਕਾਰੋਬਾਰ ਦੇ ਦੌਰਾਨ ਜਿਹੜੀ ਸਰਕਾਰਾਂ ਅਤੇ ਪੰਜਾਬ ਦੀਆਂ ਪਾਰਟੀਆਂ ਨਾਲੋਂ ਲਿੰਕ ਬਣਾਏ ਸੀ, ਉਸਦਾ ਵੀ ਕਾਫੀ ਫਾਇਦਾ ਚੱਕਿਆ। ਦੱਸਿਆ ਜਾ ਰਿਹਾ ਕਿ ਜਦੋਂ ਗ੍ਰਿਫਤਾਰ ਕੀਤਾ ਤਾਂ ਇਹਨਾਂ ਨੇ ਬਿਮਾਰੀ ਦਾ ਬਹਾਨਾ ਬਣਾ ਕੇ ਕੋਰਟ ਦੇ ਵਿੱਚ ਅਰਜ਼ੀ ਲਾਈ ਅਤੇ ਉਸ ਦੌਰਾਨ ਇਸ ਨੂੰ ਇੱਕ ਵਧੀਆ ਹੋਟਲ, 5-star ਹੋਟਲ ਦੇ ਵਿੱਚ ਇਹਨੂੰ ਟ੍ਰੀਟਮੈਂਟ ਦਿੱਤਾ ਗਿਆ, ਸਾਰੀਆਂ ਸੁਵਿਧਾਵਾਂ ਦਿੱਤੀਆਂ ਗਈਆਂ। ਫਿਰ ਉਸ ਤੋਂ ਬਾਅਦ ਇੱਕ ਮਹਿੰਗੇ ਹਸਪਤਾਲ ਦੇ ਵਿੱਚ ਰੱਖਿਆ ਗਿਆ ਅਤੇ ਇਸ ਨੂੰ ਸਾਰੀਆਂ ਸੁਵਿਧਾਵਾਂ ਦਿੱਤੀਆਂ ਗਈਆਂ। ਇੱਥੇ ਵੀ ਦੱਸ ਦਈਏ ਕਿ ਪੰਜਾਬ ਦੇ ਹੁਣ ਦੇ ਮੁੱਖ ਮੰਤਰੀ ਅਤੇ ਉਸ ਟਾਈਮ ਦੇ ਮੈਂਬਰ ਆਫ ਪਾਰਲੀਮੈਂਟ ਨੇ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਹੋਈ ਇਸ ਠੱਗੀ ਦਾ ਮਾਮਲਾ ਉਹ ਪਾਰਲੀਮੈਂਟ ਦੇ ਵਿੱਚ ਵੀ ਚੱਕਿਆ ਸੀ ਅਤੇ ਲੋਕਾਂ ਦਾ ਪੈਸਾ ਜਿਹੜਾ ਉਹ ਲੋਕਾਂ ਨੂੰ ਦਵਾਉਣ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਨਿਰਮਲ ਸਿੰਘ ਭੰਗੂ ਨੂੰ ਤਿਹਾੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਅਤੇ ਉੱਥੇ ਉਹਦੀ ਹਾਲਤ ਕਾਫੀ ਵਿਗੜਦੀ ਰਹੀ। ਤੁਹਾਨੂੰ ਦੱਸ ਦਈਏ ਕਿ ਅਰਬਾਂ ਖਰਬਾਂ ਦਾ ਕਾਰੋਬਾਰ ਖੜ੍ਹਾ ਕਰਨ ਦੇ ਬਾਵਜੂਦ ਵੀ ਇਹਦੇ ਘਰ ਪਰਿਵਾਰ ਨਾਲ ਕੀ ਬਣਿਆ। ਇਸ ਦਾ ਇੱਕੋ ਮੁੰਡਾ ਸੀ, ਇਕਲੌਤਾ ਮੁੰਡਾ ਸੀ ਜਿਹੜਾ, ਉਹ ਚਿੱਟੇ ਦੀ ਭੇਟ ਚੜ੍ਹ ਗਿਆ, ਚਿੱਟੇ ਦੀ ਓਵਰਡੋਜ਼ ਹੋਣ ਕਰਕੇ ਉਸਦੀ ਮੌਤ ਹੋ ਗਈ ਸੀ। ਉਸ ਦੌਰਾਨ ਵੀ ਇਹ ਜੇਲ੍ਹ ਦੇ ਵਿੱਚ ਬੰਦ ਸੀ। ਇਸ ਤੋਂ ਬਾਅਦ ਇਸ ਦੀ ਪਤਨੀ ਵੱਲੋਂ ਜਿਹੜੀ ਕਾਫੀ ਪ੍ਰੋਪਰਟੀ ਆਪਣੇ ਰਿਸ਼ਤੇਦਾਰਾਂ ਦੇ ਨਾਂ ਟ੍ਰਾਂਸਫਰ ਕੀਤੀ ਸੀ, ਇਸ ਮਾਮਲੇ ਦਾ ਕਰਕੇ ਉਸਦੀ ਪਤਨੀ ਪ੍ਰੇਮ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਸ ਦੀ ਧੀ ਅਤੇ ਇਸ ਦਾ ਜਮਾਈ ਹੈ ਉਹ ਵੀ ਇਸ ਕੰਪਨੀ 'ਚ ਹਿੱਸੇਦਾਰ ਸੀ, ਉਹਨਾਂ ਦੇ ਨਾਮ ਵੀ ਲੱਖਾਂ ਕਰੋੜਾਂ ਰੁਪਏ ਦੀ ਜਿਹੜੀ ਪ੍ਰੋਪਰਟੀ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹ ਵੀ ਜੇਲ੍ਹ ਦੇ ਵਿੱਚ ਬੰਦ ਹੈ। ਜਿਹੜੀ ਇਸ ਦੀ ਨੂੰਹ ਸੀ ਨਿਰਮਲ ਸਿੰਘ ਭੰਗੂ ਦੀ, ਉਹ ਆਸਟ੍ਰੇਲੀਆ ਦੇ ਵਿੱਚ ਆਪਣਾ ਜਿਹੜਾ ਠੱਗੀ ਦੇ ਜਾਲ ਨਾਲ ਬਣਾਇਆ ਹੋਇਆ ਕਰੋੜਾਂ ਰੁਪਏ ਦਾ ਕਾਰੋਬਾਰ ਉਹ ਸੰਭਾਲ ਰਹੀ ਹੈ। ਪਰ ਫਿਲਹਾਲ ਕਿਹਾ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਨੇ ਜਦੋਂ ਕਿਹਾ ਸੀ ਕਿ ਇਹਨਾਂ ਦੀ ਪ੍ਰੋਪਰਟੀਆਂ ਨੂੰ ਸੀਜ ਕਰਕੇ, ਪ੍ਰੋਪਰਟੀਆਂ ਨੂੰ ਨਿਲਾਮ ਕਰਕੇ ਲੋਕਾਂ ਨੂੰ ਇਹ ਪੈਸਾ ਵਾਪਸ ਦਿੱਤਾ ਜਾਵੇ, ਤਾਂ ਆਸਟ੍ਰੇਲੀਆ ਦੀ ਜਿਹੜੀ ਪ੍ਰੋਪਰਟੀ ਹੈ, ਸੰਪਤੀ ਹੈ, ਉਸ 'ਤੇ ਵੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਤੁਹਾਨੂੰ ਦੱਸ ਦਈਏ ਕਿ 2023-24 ਤੱਕ ਪਰਲ ਕੰਪਨੀ ਵੱਲੋਂ ਜਿਹੜਾ 5.5 ਕਰੋੜ ਲੋਕਾਂ ਨਾਲ 50,000 ਕਰੋੜ ਰੁਪਏ ਦੀ ਠੱਗੀ ਮਾਰੀ ਸੀ, ਉਸ 'ਚੋਂ ਸਿਰਫ 20 ਲੱਖ ਲੋਕਾਂ ਦਾ 14,000 ਕਰੋੜ ਰੁਪਇਆ ਵਾਪਸ ਕਰ ਦਿੱਤਾ ਗਿਆ। ਪਰ ਹਜੇ ਵੀ ਦੇਖੀਏ ਤਾਂ ਸਿਰਫ 1-2% ਇਹ ਕੀਮਤ ਬਣਦੀ ਹੈ 50,000 ਕਰੋੜ 'ਚੋਂ। ਤਾਂ ਪਰ ਕੁੱਲ ਮਿਲਾ ਕੇ ਭਾਵੇਂ ਅਰਬਾਂ ਖਰਬਾਂ ਰੁਪਏ ਦੀ ਸੰਪੱਤੀ ਹੈ ਨਿਰਮਲ ਸਿੰਘ ਭੰਗੂ ਨੇ ਬਣਾ ਲਈ, ਪਰ ਕੱਲ੍ਹ ਰਾਤ ਜਿਹੜਾ ਉਸਦੇ ਤਿਹਾੜ ਜੇਲ੍ਹ 'ਚ ਇੱਕਦਮ ਹਾਲਤ ਵਿਗੜੀ। ਉਸ ਤੋਂ ਬਾਅਦ ਉਹਨੂੰ ਦੀਨ ਦਿਆਲ ਉਪਾਧਿਆ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਉੱਥੇ ਉਸਦੀ ਮੌਤ ਹੋ ਗਈ। ਇਸ ਟਾਈਮ ਜਿਹੜੀ ਉਸਦੀ ਉਮਰ ਹੈ ਕਰੀਬ 63-64 ਸਾਲ ਸੀ। ਲੋਕਾਂ ਨਾਲ ਠੱਗੀ ਮਾਰ ਕੇ ਲੱਖਾਂ ਕਰੋੜਾਂ ਰੁਪਇਆ ਕਮਾਉਣ ਦੇ ਬਾਵਜੂਦ ਵੀ ਬੁਢਾਪੇ ਦਾ ਅੰਤ ਹੈ ਜਿਹੜਾ, ਬੁਢਾਪੇ 'ਚ ਉਹ ਤਾਂ ਮਾੜਾ ਹੀ ਹੋਇਆ, ਸੁੱਖ ਫਿਰ ਵੀ ਨਹੀਂ ਦੇਖਿਆ ਗਿਆ। ਇਹ ਇੱਕ ਉਹਨਾਂ ਲੋਕਾਂ ਲਈ ਵੀ ਵੱਡਾ ਉਦਾਹਰਨ ਹੈ ਜਿਹੜਾ ਲੋਕਾਂ ਦੇ ਹੱਕ ਮਾਰਦੇ ਹੈ, ਹੱਕ ਦੀ ਕਮਾਈ ਦੇ ਡਾਕਾ ਮਾਰਦੇ ਆ, ਆਪਣੀਆਂ ਜੇਬਾਂ ਭਰਦੇ ਆ, ਔਰ ਕੁਝ ਸਮੇਂ ਲਈ ਉਹ ਐਸ ਜ਼ਰੂਰ ਕਰ ਸਕਦੇ ਆ, ਆਪਣੇ ਬੱਚਿਆਂ ਲਈ ਸੌਖੇ ਪ੍ਰਬੰਧ ਕਰ ਸਕਦੇ ਹੈ, ਪਰ ਅੰਤ ਹੈ ਜਿਹੜਾ ਔਰ ਉਸਦਾ ਰਿਜ਼ਲਟ ਹੈ ਉਹ ਮਾੜਾ ਹੀ ਹੁੰਦਾ ਹੈਗਾ, ਚਾਹੇ ਉਹਦੀ ਆਉਣ ਵਾਲੀ ਪੀੜ੍ਹੀ ਭੁਗਤੇ ਅਤੇ ਚਾਹੇ ਉਹ ਖੁਦ ਭੁਗਤੇ। ਪਰ ਇਹ ਬਹੁਤ ਵੱਡਾ ਇੱਕ ਉਦਾਹਰਣ ਹੈ, ਨਿਰਮਲ ਸਿੰਘ ਭੰਗੂ ਨੇ ਲੱਖਾਂ ਕਰੋੜਾਂ ਰੁਪਇਆ ਕਮਾ ਕੇ ਵੀ ਉਹਦਾ ਹਿਸਾਬ ਕਿਤਾਬ ਵੀ ਇੱਥੇ ਹੋਇਆ। ਜਿਹੜੇ ਦਿਹਾੜੀਦਾਰ ਗਰੀਬ ਪਰਿਵਾਰ ਜਿਨ੍ਹਾਂ ਦੇ ਘਰ ਸ਼ਾਮ ਨੂੰ ਰੋਟੀ ਪੱਕਣ ਦਾ ਚਿੰਤਾ ਰਹਿੰਦੀ ਸੀ, ਉਹ ਲੋਕਾਂ ਨੇ ਵੀ ਆਪਣੇ ਕਮਾਈ ਦੇ ਵਿੱਚ, ਮਿਹਨਤ ਦੀ ਕਮਾਈ ਦੇ ਵਿੱਚ ਥੋੜ੍ਹੇ ਥੋੜ੍ਹੇ ਪੈਸੇ ਕਰਕੇ ਜਮ੍ਹਾਂ ਕੀਤੇ ਵੀ ਉਹਨਾਂ ਦੇ ਔਖੇ ਟਾਈਮ ਕੰਮ ਆ ਜਾਣਗੇ। ਪਰ ਉਸ ਕਮਾਈ 'ਤੇ ਵੀ ਇਸ ਬੰਦੇ ਨੇ ਡਾਕਾ ਮਾਰਿਆ ਅਤੇ ਉਸ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ।
1.5 ਸਾਲ ਦੀ ਉਮਰ 'ਚ ਹੋ ਕੇ ਵੀ ਉਸਦੀ ਮੌਤ ਹੈ ਜਿਹੜੀ ਉਹ ਜੇਲ੍ਹ 'ਚ ਹੋਈ। ਮੁੰਡਾ ਉਹਦਾ ਚਿੱਟੇ ਨਾਲ ਮਰ ਗਿਆ, ਪਤਨੀ ਵੀ ਜੇਲ੍ਹ 'ਚ ਹੈ, ਨੂੰਹ ਉਹਦੀ ਭਾਵੇਂ ਆਸਟ੍ਰੇਲੀਆ 'ਚ ਬੈਠੀ ਕੰਮ ਕਾਰ ਸੰਭਾਲ ਰਹੀ ਹੈ, ਪਰ ਸ਼ਿਕੰਜਾ ਉਸ 'ਤੇ ਵੀ ਕੱਸਿਆ ਜਾਣਾ। ਅਤੇ ਸੌਖਾ ਉਹ ਹੈ ਜਿਹੜਾ ਗਰੀਬਾਂ ਦੇ ਲੋਕਾਂ ਦਾ, ਜਿਹੜਾ ਗਰੀਬ ਲੋਕਾਂ ਦਾ ਪੈਸੇ ਨਾਲ ਉਹ ਇਸ ਤਰ੍ਹਾਂ ਸੀ, ਉਹ ਜ਼ਿਆਦਾ ਦਿਨ ਤੱਕ ਨਹੀਂ ਚੱਲਣ ਵਾਲੀ। ਅਤੇ ਇਸ ਵੀਡੀਓ ਨੂੰ ਕਰ ਦਿਓ ਸ਼ੇਅਰ, ਅਤੇ ਤੁਹਾਡੀ ਕੀ ਰਾਏ ਹੈ? ਕਹਿੰਦੇ ਹੁੰਦੇ ਆ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, ਇਸ ਦਾ ਜੋ ਆਪਾਂ ਕੰਮ ਕਰਦੇ ਹਾਂ ਉਸਦਾ ਕਿਤੇ ਨਾ ਕਿਤੇ ਚੰਗੇ ਕੰਮ ਦਾ ਚੰਗਾ ਨਤੀਜਾ ਅਤੇ ਮਾੜੇ ਦਾ ਮਾੜਾ ਨਿਕਲਦਾ ਹੀ ਆ, ਉਹ ਸਾਹਮਣੇ ਆ ਹੀ ਜਾਂਦਾ ਕਦੋਂ ਨਾ ਕਦੋਂ। ਅਤੇ ਤੁਸੀਂ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸਿਓ, ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਲੋਕਾਂ ਤੱਕ ਵੀ ਮੈਸੇਜ ਪਹੁੰਚੇ ਜਿਹੜਾ ਲੋਕਾਂ ਦੇ ਹੱਕਾਂ 'ਤੇ ਡਾਕਾ ਮਾਰਦੇ ਆ, ਅਤੇ ਉਹਨਾਂ ਨੂੰ ਵੀ ਪਤਾ ਲੱਗੇ ਜਿਹੜਾ ਗਰੀਬ ਲੋਕਾਂ ਨਾਲ, ਮੱਧਮ ਵਰਗ ਲੋਕਾਂ ਨਾਲ ਹੇਰਾਫੇਰੀ ਕਰਦੇ ਆ। ਹੇਰਾਫੇਰੀ ਦਾ ਕਮਾਇਆ ਹੋਇਆ ਪੈਸਾ ਜ਼ਿਆਦਾ ਟਾਈਮ ਸੁੱਖ ਨਹੀਂ ਦਿੰਦਾ। ਅਤੇ ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਫੇਸਬੁੱਕ ਪੇਜ 'ਤੇ ਦੇਖ ਲਿਓ ਅਤੇ ਪੇਜ ਨੂੰ ਕਰ ਲਿਓ ਫੋਲੋ। ਬਹੁਤ ਬਹੁਤ ਧੰਨਵਾਦ।